ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਗੋਲਡੀ ਪੀਵੀ ਬੱਤਰ ਵਾਲਾ, ਅਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਯੂਟਿਊਬ ਚੈਨਲ ਦੇਸੀ ਮਕੈਨਿਕ ਪੀਵੀ ਬੱਤਰ। ਸੋ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਇੱਕ ਫਾਰਮ ਟਰੈਕ 35 ਦੀ ਵੀਡੀਓ, ਅਤੇ ਆਪਾਂ ਕਰਦੇ ਹਾਂ ਰਿਵਿਊ। ਸੋ ਜਿਹੜੇ ਵੀਰ ਆਪਣੇ ਚੈਨਲ ਦੇ ਨਵੇਂ ਨੇ, ਆਪਣਾ ਚੈਨਲ ਸਬਸਕ੍ਰਾਈਬ ਕਰ ਲੈਣ ਅਤੇ ਬੈਲ ਆਈਕੋਨ ਦਾ ਬਟਨ ਦਬਾ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਬਾਕੀ ਚਲਾਈ ਨੂੰ ਵਧੀਆ ਆਵਾਜ਼ ਬਹੁਤ ਵਧੀਆ ਹਾਂ। ਵੀ ਤੋਰਾ ਘੱਟ ਹੈ, ਹੌਲੀ ਹੌਲੀ ਰੱਖੀ ਹੌਲੀ ਰੱਖੀ। ਚੱਲ ਇਹਦਾ ਤੋਰਾ ਵੇਖੋ ਜੀ, ਬਸ ਤੋਰਾ ਨਹੀਂ ਹੈਗਾ, ਬਸ ਟਾਪ ਗੇਰ ਹੈ, ਰੇਸ ਦੇ ਫੁੱਲ ਦੇ ਬਸ ਇੰਨਾ ਕੁ ਤੋਰਾ ਹੈਗਾ ਜੀ। ਆਹ ਲਾ ਲਓ ਹਿਸਾਬ ਤੁਸੀਂ, ਮਤਲਬ ਕਿ ਸਾਈਕਲ 'ਤੇ ਵੀ ਬੰਦਾ ਇੱਥੋਂ ਅੱਗੇ ਲੰਘ ਸਕਦਾ ਹੈ। 20 ਦੀ ਸਪੀਡ ਹੈ ਸਰ, 20 ਦੀ ਸਪੀਡ ਹੈ, ਫੁੱਲ ਦੇ ਰੇ ਫੁੱਲ ਦੇ ਇਹ ਚੱਕਰ ਨੇ ਇਹਦੇ ਬਸ ਇੰਨੇ ਕੁ ਦੇ ਮੇਰੇ 20 ਕੁ ਦੇ, ਮਤਲਬ ਕਿ ਆਪਾਂ ਤੁਸੀਂ ਸਾਈਕਲ 'ਤੇ ਇਹਦੇ ਨਾਲ ਅੱਗੇ ਲੰਘ ਸਕਦੇ ਹੋ। ਹਾਂ ਇਹਦੇ ਮਤਲਬ ਕਿ ਬਾਕੀ ਤਾਂ ਸਹੀ ਲੱਗਿਆ ਸਾਨੂੰ, ਇਹ ਥੋੜ੍ਹਾ ਤੋਰਾ ਘੱਟ ਲੱਗਿਆ ਇਹਦਾ ਵੀ, ਜੇ ਆਪਾਂ ਰੋਡ 'ਤੇ ਇਹਨੂੰ ਵਰਤਣਾ ਅਤੇ ਉਹਦੇ ਵਾਸਤੇ ਤਾਂ ਤੋਰਾ ਬਹੁਤ ਘੱਟ ਹੈ। ਜੇ ਕਿਸੇ ਤੁਸੀਂ ਜਾਣਾ ਹੈ, ਜਾਣ ਵਾਸਤੇ ਵਰਤਣਾ ਜਾਂ ਕੋਈ ਚੀਜ਼ ਲੈ ਕੇ ਆਉਣੀ ਹੈ ਅਤੇ ਵੈਸੇ ਜ਼ੋਰ ਬਹੁਤ ਲਾਉਂਦਾ ਹੈ ਵੀ, ਜਿਹੜੇ ਹਿਸਾਬ ਨਾਲ ਤਾਂ ਗੇਅਰ ਨੇ ਜਾਂ ਸਪੀਡਾਂ ਦਿੱਤੀਆਂ ਹੋਈਆਂ ਨੇ, ਇਹਦੀਆਂ ਤਿੰਨ ਸਪੀਡਾਂ ਦਿੱਤੀਆਂ ਹੋਈਆਂ ਨੇ, ਹਾਈ ਲੋ ਮੀਡੀਅਮ, ਆਹ ਤਿੰਨ ਸਪੀਡਾਂ ਦਿੱਤੀਆਂ ਹੋਈਆਂ ਨੇ, ਨਹੀਂ ਨਹੀਂ ਜਾਣ ਦਿੰਦੇ। ਫਿਰ 4x4 ਹੈ, ਤਿੰਨ ਗੇਅਰ ਦਿੱਤੇ ਹੋਏ ਨੇ, ਤਿੰਨ ਸਪੀਡਾਂ ਨੇ, ਤਿੰਨ ਗੇਅਰ ਨੇ, ਬਸ ਤੋਰਾ ਘੱਟ ਹੈ। ਬਾਕੀ ਲਿਫਟ ਕਪੈਸਿਟੀ ਵਧੀਆ ਹੈ, ਜਿੱਦਾਂ ਤਵੀਆਂ ਤੁਵੀਆਂ 7x7 ਦੀਆਂ ਖਿੱਚੀ ਜਾਂਦਾ ਸੀ 4x4 'ਚ, ਉਹ ਚੀਜ਼ਾਂ ਨੂੰ ਵਧੀਆ ਹੈ। ਹੌਲੀ ਕੁਛ ਨਹੀਂ ਕੁਛ ਨਹੀਂ, ਹਾਂ ਹੌਲੀ ਆਰਾਮ ਨਾਲ ਖਿਲਾਰ ਦੇ। ਬਾਕੀ ਵਧੀਆ ਲੱਗਿਆ, ਬਸ ਤੋਰੇ ਤੋਂ ਸਾਨੂੰ ਲੱਗਿਆ ਵੀ ਇਹਦਾ ਤੋਰਾ ਨਹੀਂ ਹੈਗਾ, ਤੋਰਾ ਇਹਦਾ ਚਾਹੀਦਾ ਸੀਗਾ ਹੋਰ, ਕਿਉਂਕਿ ਜ਼ਰੂਰੀ ਨਹੀਂ ਵੀ ਜਦੋਂ ਕੋਈ ਕਿਸਾਨ ਟਰੈਕਟਰ ਲੈਂਦਾ ਆਪਣਾ ਕੋਈ ਵੀਰ ਭਰਾ, ਉਹ ਖੇਤ ਵਾਸਤੇ ਵਰਤਣ ਵਾਸਤੇ ਨਹੀਂ ਲੈਂਦਾ, ਉਹਨਾਂ ਨੇ ਕਿਤੇ ਸ਼ਹਿਰ 'ਚ ਵੀ ਲੈ ਕੇ ਜਾਣਾ ਹੁੰਦਾ, ਕੋਈ ਕੰਮ ਕਰਨਾ ਹੁੰਦਾ, ਫਿਰ ਉਹ ਚੀਜ਼ 'ਚ ਇਹਦੀ ਦਿੱਕਤ ਲੱਗੀ ਮੈਨੂੰ ਵੀ। ਇਸ ਗੱਲ ਤੁਸੀਂ ਆਹ ਜਿਹੜੇ ਨੇ ਇਹਨਾਂ ਦੀ ਹੁਣ ਸਪੀਡ ਬਹੁਤ ਜ਼ਿਆਦਾ, ਜਿਵੇਂ 60-60 ਦੇ ਚੜ੍ਹ ਜਾਂਦੇ ਨੇ, ਜੇ ਸਮਾਨ ਲੈ ਕੇ ਆਉਣਾ ਹੋਵੇ ਜਾਂ ਕੁਛ, ਫਿਰ ਤਾਂ ਗੋਲੀ ਵਾਂਗੂ ਹੀ ਜਾਂਦੇ ਨੇ ਇੱਕ ਹਿਸਾਬ ਦਾ, ਤੁਸੀਂ ਸਮਝ ਲਓ ਵੀ ਮੋਟਰਸਾਈਕਲ ਹੀ ਲੈ ਗਏ ਤੁਸੀਂ ਨਾਲ, ਉਸ ਹਿਸਾਬ ਨਾਲ ਹੀ ਚੱਕਰ ਵਧੀਆ ਨੇ ਇਹਨਾਂ ਦੇ। ਚੱਕਿਆ ਸ਼ੋ ਚੱਕਿਆ ਸੀ,
ਆ ਚੀਜ਼ ਇਦਾਂ ਸ਼ੋਪ ਹੁੰਦੀ ਹੈ ਜੀ। 4 ਸਿਲੰਡਰ ਇੰਜਣ ਇਹਦੇ ਚ 35 HP ਦਾ, ਬਾਕੀ ਸਹੀ ਇਹ ਬਣਿਆ ਵਧੀਆ, ਬਹੁਤ ਵਧੀਆ ਚੀਜ਼ ਬਣੀ ਹੋਈ ਹੈ। 4 ਸਿਲੰਡਰ ਹੈ, ਤੁਹਾਨੂੰ ਦਿਖਾ ਦਿੰਦੇ ਹਾਂ। ਇਹਦੀ 25 ਕੁ ਲੀਟਰ ਦੀ ਟੈਂਕੀ ਹੋਣੀ ਡੀਜ਼ਲ ਦੀ, ਇਹਦਾ 25 ਕੁ ਲੀਟਰ ਡੀਜ਼ਲ ਤੁਸੀਂ ਇਹਦੇ ਚ ਪਾ ਸਕਦੇ ਹੋ। ਅੰਕਲ ਇਹਦੀ ਟੌਪ ਸਪੀਡ ਹੈ ਨਾ, ਮਤਲਬ ਉਹਨੇ ਉਹ ਦੂਜੇ ਚ ਪਾਈ। ਚੰਗਾ ਫਿਰ, ਇਹਦਾ ਤੋਰਾ ਵੇਖ ਲਓ ਜੀ, ਇਹ ਨੋਰਮਲ ਜਾਂਦਾ ਵਾ ਬਿਲਕੁਲ ਚੱਕਰਾਂ ਦੇ। ਇਹ ਗੇਅਰ ਵੀ ਤੀਜੇ 'ਚ ਹੈ ਜੀ, ਨੋਰਮਲ ਚੱਕਰਾਂ ਦੇ ਤੀਜੇ ਗੇਅਰ 'ਚ 40 'ਤੇ ਲਾ ਜਾਂਦਾ।